ਕੇ ਕੱਢੂਗਾ ਇੱਥੇ ਰੱਖਾਂਗੇ ਉਹ ਕੱਟਣਗੇ ਉਹਦੇ ਤੇ ਪਾਉਣਗੇ ਜੇ ਕੁਰਸੀ ਸਮੇਤ ਰੱਖ ਲਈਏ ਯਾਰ ਇਹ ਤਾਂ ਪੱਟ ਹੈ ਬਾਬਾ ਜੀ ਇਹ ਗਿਰ ਗਏ ਕੁਰਸੀ ਇਹਨਾਂ ਨੂੰ ਹੋਰ ਵੀ ਜਿਹੜੀ ਲੋੜ ਹੋਈ ਠੀਕ ਹੈ ਜੀ ਹੈ ਠੀਕ ਹੈ ਬੇਫਿਕਰ ਇਹ ਸ਼ੰਭੂਨਾਥ ਸੀ ਦਾਲਦਲੀਆ ਚੌਂਕ ਸੀਗਾ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਦੇ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਅਤੇ ਇਹਦੀ ਬੇਟੀ ਬਠਿੰਡੇ ਆ ਪਰ ਇਹਦਾ ਪੱਟ ਟੁੱਟਿਆ ਹੋਇਆ ਇਹਨੂੰ ਕੋਈ ਨਹੀਂ ਸੰਭਾਲ ਰਿਹਾ ਇਹ ਵਿੱਚ ਹੀ ਆਪਣਾ ਟੱਟੀ ਪਿਸ਼ਾਬ ਕਰ ਰਿਹਾ ਸੀਗਾ ਇਹਨੂੰ ਕੋਈ ਨਹੀਂ ਸੀ ਸੰਭਾਲ ਰਿਹਾ ਜਦੋਂ ਮੈਨੂੰ ਪਤਾ ਲੱਗਿਆ ਸੀ ਉੱਥੇ ਪਹੁੰਚੇ ਅਸੀਂ ਪਹੁੰਚ ਕੇ ਇਹਦੇ ਘਰ ਗਏ ਘਰ ਜਾ ਕੇ ਇਹਨੂੰ ਉੱਥੋਂ ਘਰੋਂ ਲੈ ਕੇ ਐਂਬੂਲੈਂਸ 'ਚ ਪਾ ਕੇ ਇਹਦਾ ਟ੍ਰੀਟਮੈਂਟ ਕਰਾਇਆ ਜੀ ਇਹਦੀ ਬੰਦੇ ਦੀ ਉਮਰ ਕਿੰਨੀ ਹੋਣੀ ਜੀ ਇਹਦੀ 75 ਸਾਲ ਉਮਰ ਹੈ ਜੀ ਇਹਦੀ ਅਤੇ ਘਰਦੇ ਨਾਲ ਹੀ ਰਹਿੰਦੇ ਜੀ ਨਾ ਜੀ ਨਾ ਘਰਦਿਆਂ ਨੇ ਇਹਨੂੰ ਇਕੱਲੇ ਹੀ ਰਹਿ ਰਿਹਾ ਸੀਗਾ ਗੁਆਂਢੀ ਆਂਢੀ ਗੁਆਂਢੀ ਇਹਨੂੰ ਰੋਟੀ ਪਾਣੀ ਦਿੰਦੇ ਸੀਗੇ ਅਤੇ ਪਰ ਉਹਨਾਂ ਦੇ ਆਂਢੀ ਗੁਆਂਢੀਆਂ ਦੇ ਦੱਸਣ ਦੇ ਮੁਤਾਬਕ ਕੋਈ ਇਹਦੀ ਕੇਅਰ ਕਰਨ ਵਾਸਤੇ ਨਾ ਉਹਨਾਂ ਨੇ ਕੋਈ ਪ੍ਰਬੰਧ ਕੀਤਾ ਕੈਨੇਡਾ ਵਾਲਿਆਂ ਨੇ ਨਾ ਇਹਦੀ ਬੇਟੀ ਨੇ ਕੋਈ ਪ੍ਰਬੰਧ ਕੀਤਾ ਅਤੇ ਉਸ ਕਰਕੇ ਸਾਡਾ ਇਨਸਾਨੀ ਫਰਜ਼ ਬਣਦਾ ਸੀ ਪੰਜਾਬ ਸਰਕਾਰ ਵੱਲੋਂ ਵੀ ਸਾਨੂੰ ਹਦਾਇਤਾਂ ਨੇ ਕਿ ਕਰੋਨਾ ਵਾਇਰਸ ਚੱਲ ਰਿਹਾ ਜਿਹੜਾ ਵੀ ਲੋੜਵੰਦ ਹੈ ਮਦਦ ਹੈ ਕਰੋ ਜੈ ਬੀਬਾ ਜੀ ਨੇ ਮਹਾਰਾਣੀ ਸਾਹਿਬ ਜੀ ਨੇ ਅਤੇ SSP ਸਾਹਿਬ ਅਤੇ DC ਸਾਹਿਬ ਦੀ ਡਿਊਟੀ ਲਾਈ ਹੋਈ ਹੈ ਅਤੇ SSP ਸਾਹਿਬ ਵੱਲੋਂ ਸਾਨੂੰ ਹਦਾਇਤ ਹੈ ਕਿ ਕੋਈ ਵੀ ਬੰਦਾ ਜੇ ਕੋਈ ਲੋੜਵੰਦ ਆ ਉਹਦੀ ਇਮੀਡੀਏਟਲੀ ਜਾ ਕੇ ਮਦਦ ਕਰੋ ਤਾਂ ਮੈਂ ਸਰਦਾਰ ਮਨਦੀਪ ਸਿੰਘ ਸਿੱਧੂ SSP ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉੱਥੇ ਜਾ ਕੇ ਉਹ ਉਸ ਸ਼ੰਭੂਨਾਥ ਜਿਹੜਾ ਲਿਬਾਸ ਪਿਆ ਸੀ ਉਹਦਾ ਟ੍ਰੀਟਮੈਂਟ ਕਰਾਇਆ ਜੀ ਹੁਣ ਉਹ ਠੀਕ ਹੈ ਜੀ ਉਹ ਠੀਕ ਹੈ ਜੀ ਉਹਦੇ ਖਿੱਚ ਪਾਤੀ ਹੈ ਅਤੇ ਡਾਕਟਰ ਸਾਹਿਬ ਕਹਿੰਦੇ ਵੀ ਖਿੱਚ ਪਾ ਕੇ ਜਿਹੜਾ ਸੋਜ ਘੱਟ ਜਾਏਗੀ ਉਦੋਂ ਬਾਅਦ ਆਪਰੇਟ ਕਰਾਂਗੇ ਉਹਨੂੰ ਦਵਾਈ ਲਿਆਤੀ ਹੈ ਸਾਰਾ ਅਸੀਂ ਉਹਦੀ ਦਵਾਈ ਦਾ ਸਾਰਾ ਖਰਚਾ ਅਰੇਂਜਮੈਂਟ ਸਾਰਾ ਅਸੀਂ ਆਪ ਕਰ ਰਹੇ ਹਾਂ ਅਤੇ ਉਹਦੇ ਘਰਦਿਆਂ ਵਾਸਤੇ ਮਤਲਬ ਜੇ ਕੋਈ ਹੋਰ ਤੁਹਾਨੂੰ ਇਹੋ ਜਿਹਾ ਮਿਲਦਾ ਉਹਨਾਂ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਕਹਿਣਾ ਵੀ ਆਪਾਂ ਇਨਸਾਨ ਹੈ ਸਭ ਤੋਂ ਪਹਿਲਾਂ ਮੈਂ ਪੁਲਿਸ 'ਚ ਬਾਅਦ 'ਚ ਪਹਿਲਾਂ ਇਨਸਾਨ ਹਾਂ ਇਨਸਾਨ ਦਾ ਫਰਜ਼ ਬਣਦਾ ਕਿ ਇਨਸਾਨੀਅਤ ਜਿਹਦੇ 'ਚ ਹੈ ਉਹ ਇਨਸਾਨ ਦੀ ਲੋੜਵੰਦ ਦੀ ਚਾਹੇ ਕੋਈ ਉਹ ਵਿਅਕਤੀ ਹੈ ਚਾਹੇ ਕੋਈ ਜਾਨਵਰ ਹੈ ਜਿਹੜੀ ਵੀ ਚੀਜ਼ ਜਿਸ ਨੂੰ ਕੋਈ ਲੋੜ ਹੈ ਜਿਹਦੀ ਆਪਾਂ ਮਦਦ ਕਰ ਸਕਦੇ ਹਾਂ ਉਹਨੂੰ ਕਰਨੀ ਚਾਹੀਦੀ ਹੈ ਸਾਨੂੰ